ਪਹਾੜੀ ਰਾਜਿਆਂ 'ਚ ਪੈ ਰਹੀ ਠੰਡ ਦੇ ਕਾਰਨ ਮੈਦਾਨੀ ਇਲਾਕੇ ਵਿੱਚ ਠੰਡ ਜਿਹੜਾ ਹੈਗਾ ਕਰੋਪ ਵੱਧਦਾ ਹੀ ਜਾ ਰਿਹਾ ਹੈਗਾ। ਜੇ ਆਪਾਂ ਗੱਲ ਕਰੀਏ ਰੇਲ ਯਾਤਾਯਾਤ ਵੀ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ। ਬਠਿੰਡਾ ਦੇ ਅਸੀਂ ਇਸ ਵਕਤ ਰੇਲਵੇ ਸਟੇਸ਼ਨ ਮੁਸਾਫਰਖਾਨੇ ਵਿੱਚ ਮੌਜੂਦ ਹੈਗੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਯਾਤਰੀ ਹੈਗੇ ਆ ਰੇਲ ਗੱਡੀ ਦੇ ਇੰਤਜ਼ਾਰ ਕਰ ਰਹੇ ਨੇ। ਰੇਲ ਗੱਡੀਆਂ ਲਗਭਗ 4 ਤੋਂ 5 ਘੰਟੇ ਧੁੰਦ ਦੇ ਕਾਰਨ ਸਮੇਂ ਧੁੰਦ ਦੇ ਕਾਰਨ ਲੇਟ ਚੱਲ ਰਹੇ ਹੈਗੇ ਨੇ। ਜਿਹੜੇ ਰੇਲ ਯਾਤਰੀ ਹੈਗੇ ਆ ਇੱਥੇ ਸੁਬਹ ਤੋਂ ਆ ਕੇ ਬਹਿ ਜਾਂਦੇ ਆ, ਉਹਨਾਂ ਗੱਡੀਆਂ ਉਹਨੇ ਟਾਈਮ ਸਿਰ ਉਹਨਾਂ ਨੂੰ ਮਿਲ ਹੀ ਰਹੀਆਂ, ਪਰੰਤੂ ਜਿਹੜੇ ਪਰੇਸ਼ਾਨ ਜਿਹੜੇ ਹੈ ਕਾਫੀ ਜ਼ਿਆਦਾ ਹੋ ਰਹੇ ਹੈਗੇ। ਸਾਡੇ ਕੋਲ ਯਾਤਰੀ ਵੀ ਹੈਗੇ ਨਾਲ ਗੱਲਬਾਤ ਕਰਦੇ ਹਾਂ। ਸਰ ਕੀ ਕਹਿਣਾ ਚਾਹੁੰਗੇ ਜਿਹੜੇ ਧੁੰਦ ਦੇ ਕਾਰਨ ਰੇਲ ਗੱਡੀਆਂ ਲੇਟ ਹੋ ਰਹੀਆਂ ਹੈਗੀਆਂ, ਕਿੰਨੀ ਤੁਹਾਨੂੰ ਪਰੇਸ਼ਾਨੀ ਆ ਰਹੀ, ਕੀ ਕਹਿਣਾ ਬਾਰੇ? ਸਤਿ ਸ਼੍ਰੀ ਅਕਾਲ ਜੀ। ਇੱਥੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ, ਧੁੰਦਾਂ ਦਾ ਕਰਕੇ 3-3, 4-4 ਘੰਟੇ ਗੱਡੀਆਂ ਲੇਟ ਚੱਲ ਰਹੀਆਂ। ਹੁਣ ਮੈਨੂੰ ਇੱਥੇ 2 ਘੰਟੇ ਹੋ ਗਏ ਬੈਠੇ ਸਟੇਸ਼ਨ, ਹਜੇ ਕੋਈ ਟਾਈਮ ਦਾ ਪਤਾ ਨਹੀਂ। ਕਿੱਥੇ ਕਿੱਥੇ ਜਾਣਾ ਤੁਸੀਂ ਜੀ? ਅਸੀਂ ਸਰਸੇ ਜਾਣਾ। ਸਰਸੇ ਜਾਣਾ ਜੀ? ਅੱਛਾ, ਜਿਸ ਤਰ੍ਹਾਂ ਅੱਜ ਵੀ ਧੁੰਦ ਹੈਗੀ ਹੈ, ਸੰਘਣੀ ਧੁੰਦ ਪੈ ਰਹੀ ਹੈਗੀ ਹੈ ਅਤੇ ਬੰਦਾ ਦਿਖਾਈ ਨਹੀਂ ਦੇ ਰਿਹਾ ਹੈਗਾ, ਰੇਲ ਗੱਡੀ 'ਤੇ ਕਾਫੀ ਅਸਰ ਪੈ ਰਿਹਾ? ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ, ਬਿਲਕੁਲ ਸਲੋ ਰੇਸ 'ਤੇ ਚੱਲ ਰਹੀ ਹੈ ਹਾਂਜੀ, ਅਤੇ ਰੁਕ ਰੁਕ ਕੇ ਚੱਲ ਰਹੀਆਂ ਹਾਂਜੀ, ਧੁੰਦ ਕੁਛ ਦਿਖਾਈ ਨਹੀਂ ਦੇ ਰਿਹਾ ਹਾਂਜੀ। ਅਤੇ ਅੱਜ ਲੋਹੜੀ ਹੈਗੀ ਹੈ, ਅੱਜ ਵੀ ਪੂਰੀ ਧੁੰਦ ਪੈ ਰਹੀ ਹੈ ਜੀ? ਬਹੁਤ ਜ਼ਿਆਦਾ ਧੁੰਦ ਹੈ ਜੀ ਅੱਜ ਵੀ ਹਾਂਜੀ। ਤੁਸੀਂ ਦੇਖ ਸਕਦੇ ਹੋ ਯਾਤਰੀ ਹੈਗੇ ਕਾਫੀ ਜ਼ਿਆਦਾ ਪਛਾਣਾ ਹੈ, ਸਾਡੇ ਕੋਲ ਕੁਛ ਹੋਰ ਵੀ ਯਾਤਰੀ ਹੈਗੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਨੇ ਵੀ ਆਪਣਾ ਰੇਲਵੇ ਰਾਹੀਂ ਸਫ਼ਰ ਕਰਨਾ ਹੈਗਾ। ਹਾਂਜੀ, ਕੀ ਕਹਿਣਾ ਤੁਹਾਡਾ? ਜਿਹੜਾ ਰੇਲ ਗੱਡੀਆਂ ਲੇਟ ਹੋ ਰਹੀ ਹੈਗੀਆਂ, ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈਗੀ, ਕਿੰਨੀ ਪਰੇਸ਼ਾਨੀ ਹੋ ਰਹੀ ਹੈ? ਕਰੋਨਾ ਠੰਡ ਤੋਂ ਹੈ ਸਰ, ਉਹ ਠੰਡ ਕੀ ਵਜ੍ਹਾ ਸੇ ਤੋ ਇਤਨਾ ਲੇਟ ਚੱਲੇ, ਦੇਖ ਰਹੇ ਹੋ ਬਹੁਤ ਲੇਟ ਚੱਲਦੀ ਆ ਰਹੀ ਹੈ, ਠੰਡ ਬਹੁਤ ਜ਼ਿਆਦਾ ਹੈ ਜੀ। ਕਹਾਂ ਜਾਣਾ ਥਾ ਆਪਣੇ? ਦਿੱਲੀ ਜਾਣਾ ਹੈ ਜੀ। ਦਿੱਲੀ ਜਾਣਾ ਹੈ ਜੀ? ਕਿੰਨੀ ਗਾੜੀ ਲੇਟ ਹੈ ਆਪਕੀ? 4-5 ਘੰਟੇ ਤੋਂ ਹੋਇਆ ਹੈ। 4 ਘੰਟੇ ਲੇਟ ਹੈ ਜੀ। 4 ਘੰਟੇ ਲੇਟ ਹੈ? ਅੱਛਾ, ਪਰੇਸ਼ਾਨੀ ਪੂਰੀ ਹੋ ਰਹੀ ਹੈ? ਪਰੇਸ਼ਾਨੀ ਤਾਂ ਬਹੁਤ ਹੋ ਰਹੀ ਹੈ ਜੀ, ਪੂਰੀ ਹੋ ਰਹੀ ਹੈ। ਹੋਰ ਵੀ ਹੈਗੇ ਯਾਤਰੀ ਗੱਲਬਾਤ ਕਰਦੇ, ਕੀ ਕਹਿਣਾ ਚਾਹੁੰਦੇ? ਧੁੰਦ ਪੈ ਰਹੀ ਹੈਗੀ ਹੈ, ਕਿੰਨੀ ਕੁ ਰੇਲ ਗੱਡੀਆਂ ਲੇਟ ਚੱਲ ਰਹੀਆਂ ਨੇ? 2-3 ਘੰਟੇ ਲੇਟ ਚੱਲ ਰਹੀ ਹੈ। ਕਿੱਥੇ ਜਾਣਾ ਸੀ ਤੁਸੀਂ ਜੀ? ਮੈਂ ਜਾਣਾ ਹੈ ਦਿੱਲੀ। ਦਿੱਲੀ? ਹਾਂਜੀ। ਕਿੱਥੇ ਬੈਠੇ ਹੋ ਤੁਸੀਂ ਰੇਲਵੇ ਸਟੇਸ਼ਨ, ਕਿਹੜੀ ਜਗ੍ਹਾ 'ਤੇ ਬੈਠੇ ਹੋ? ਇਹ ਘੰਟੇ ਹੋ ਗਿਆ ਯਹਾਂ ਬੈਠੇ। ਬਠਿੰਡਾ? ਹਾਂ ਬਠਿੰਡਾ, ਇਹ ਘੰਟੇ ਹੋ ਗਿਆ ਬੈਠੇ। ਇਹ ਘੰਟਾ? ਅੱਛਾ, ਕੋਈ ਨਹੀਂ ਆ ਰਹੀ ਰੇਲ ਗੱਡੀ? ਟ੍ਰੇਨ ਦਿੱਲੀ ਵਾਲੇ ਨਹੀਂ ਆ ਰਹੇ, ਨਹੀਂ ਆ ਰਹਾ। ਸਾਨੂੰ ਪਛਾਣ ਨਜ਼ਰ ਆ ਰਿਹਾ, ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਹੈਗੇ, ਕਿਉਂਕਿ ਜਿਹੜਾ ਧੁੰਦਾ ਜਿਹੜਾ ਹੈਗਾ ਪ੍ਰਕੋਪ ਜਿਹੜਾ ਹੈਗਾ ਰੇਲ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈਗਾ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਹੈਗੀ ਹੈ ਧੁੰਦ ਪਵੇਗੀ ਅਤੇ ਰੇਲ ਯਾਤਰੀ ਨੂੰ ਹੋਰ ਪਰੇਸ਼ਾਨੀ ਸਾਹਮਣਾ ਕਰਨਾ ਪਵੇਗਾ। ਬਠਿੰਡਾ ਤੋਂ ਗੋਬਿੰਦ ਸਿੰਘ, ਲਿਮਿਟਿਡ ਨਿਊਜ਼, ਪੰਜਾਬ।